prima anche di Raffa che si sono scritti da Ria che era nove. ਅੱਜ ਸਾਡੀ ਪਹਿਲੀ ਜਿੱਤ ਤੋਂ ਬਾਅਦ ਪਹਿਲੀ ਸਿਆਸੀ ਕਾਨਫਰੰਸ ਹੈ। ਇਹਦੇ ਵਿੱਚ ਅਸੀਂ ਇੱਕ ਤਾਂ ਜਿਹੜੇ ਅੰਮ੍ਰਿਤਪਾਲ ਸਿੰਘ ਅੰਦਰ ਹੈ ਅਤੇ ਹੋਰ ਬਾਕੀ ਬੰਦੀ ਸਿੰਘ ਹੈ ਉਹਨਾਂ ਦਾ ਆਪਾਂ ਕਿਵੇਂ ਬਾਹਰ ਲਿਆਉਣਾ ਹੈ ਜਾਂ ਕਿਵੇਂ ਉਹਦਾ ਕੌਮ ਨੂੰ ਸੁਨੇਹਾ ਦੇਣਾ ਹੈ ਉਹਦੇ ਵਾਸਤੇ ਇਕੱਤਰ ਹੋਏ ਹੈ। ਅਤੇ ਹੁਣ ਅਸੀਂ ਇਹ ਵੀ ਕੌਮ ਨੂੰ ਸੁਨੇਹਾ ਦੇਣਾ ਹੈ ਕਿ ਆਪਾਂ ਇੱਕ ਨਿਸ਼ਾਨ 'ਤੇ ਇਕੱਠੇ ਹੋਣਾ ਹੈ ਔਰ ਜੋ ਸਾਡੇ ਨਾਲ ਧੱਕਾ ਹੋ ਰਿਹਾ ਹੈ ਹਰੇਕ ਗੱਲ 'ਤੇ ਧੱਕਾ ਹੁੰਦਾ ਹੈ ਉਹਨਾਂ ਸਾਰੀਆਂ ਦਾ ਉਰੇ ਅੰਮ੍ਰਿਤਪਾਲ ਦੇ ਬਾਪੂ ਜੀ ਅਤੇ ਹੋਰ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹਦੇ ਬਾਰੇ ਗੱਲ ਕਰੂੰਗੀ। ਹਲੇ ਵਿਚਾਰ ਹੋ ਰਿਹਾ ਐਲਾਨ ਤਾਂ ਬਾਪੂ ਜੀ ਕਰਨਗੇ ਤੇ ਅਸੀਂ ਵੀ ਜੋ ਵੀ ਹੈ ਤੁਹਾਨੂੰ ਲੱਗ ਜਾਏਗਾ ਪਤਾ ਕੀ ਐਲਾਨ ਹੁੰਦਾ ਹੈ। ਮੇਨ ਗੱਲ ਤਾਂ ਇਹ ਹੈ ਵੀ ਕਿਵੇਂ ਕੌਮ ਨਾਲ ਧੱਕਾ ਹੋ ਰਿਹਾ ਹੈ ਅੰਮ੍ਰਿਤਪਾਲ ਨੂੰ ਛੱਡਿਆ ਨਹੀਂ ਜਾ ਰਿਹਾ ਕਿਹੜੀਆਂ ਗੱਲਾਂ ਹੈ ਉਹ ਸਾਰੀਆਂ ਅੱਜ ਦੱਸਾਂਗੇ। ਮੈਨੂੰ ਕੁਛ ਨਹੀਂ ਬਾਈ ਜੀ ਟਾਈਮ ਦੇ ਦਿੰਦੇ ਹੈ ਜਦੋਂ ਗੱਲ ਕਰਨ ਦੇ ਦੇਣਾ ਹੁੰਦਾ ਫਿਰ ਮਿਲਦੇ ਨਹੀਂ ਫਿਰ ਅੱਗੇ ਟਾਈਮ ਦੇ ਦਿੰਦੇ ਸਾਡੇ ਨਾਲ ਦੋ ਤਿੰਨ ਵਾਰੀ ਐਵੇਂ ਹੋ ਗਿਆ ਹੁਣ ਅਸੀਂ ਨਹੀਂ ਆਸ ਕਰਦੇ ਇਹਨਾਂ ਤੋਂ ਕੁਛ ਹੁਣ ਅਸੀਂ ਆਪ ਆਪਣਾ ਸੰਘਰਸ਼ ਵਿਡਾਂਗੇ। ਜਿਨ੍ਹਾਂ ਦੇ ਮਨ ਚ ਪੰਥ ਪ੍ਰਤੀ ਪਿਆਰ ਵਾ ਉਹ ਹੀ ਸੰਗਤ ਇੱਥੇ ਆਪ ਮਹਾਰੇ ਪਹੁੰਚੀ ਆ ਤੇ ਪੰਥਕ ਇਕੱਠ ਵਾ ਤੇ ਉਹ ਹੀ ਸੰਗਤ ਪਹੁੰਚੀ ਤੁਸੀਂ ਆਪ ਦੇਖ ਲਓ ਸੰਗਤ ਚ ਕਿੰਨਾ ਉਤਸ਼ਾਹ ਤੇ ਕਿੰਨਾ ਚਾਅ ਵਾ। ਸਾਰਿਆਂ ਨੂੰ ਇਹ ਸੁਝਾਅ ਦਿੰਦੇ ਵੀ ਸਾਰੀ ਕੌਮ ਨੂੰ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਈਏ ਇੱਕ ਦੂਜੇ ਦੀਆਂ ਲੱਤਾਂ ਨਾਲ ਖਿੱਚੀਏ ਇਕੱਠੇ ਹੋ ਕੇ ਹੀ ਆਪਾਂ ਆਪਣੀ ਕੌਮ ਨੂੰ ਜਿਹੜੀ ਬਚਾ ਸਕਦੇ। ਫੈਸਲਾ ਤੇ ਅਜੇ ਕੋਈ ਨੀ ਲਿੰਦਾ ਅਜੇ ਤੇ ਇਕੱਠ ਹੀ ਹੋਇਆ ਵਾ ਇਕੱਠ ਤੋਂ ਬਾਅਦ ਪਤਾ ਲੱਗੂਗਾ ਸੰਗਤਾਂ ਦੀ ਰਾਏ ਨੇ ਕੀ ਫੈਸਲਾ ਲਿੱਤਾ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।